मैं पंजाब सिंह। जड़े साले लोकां दी दहशत ने ना, अज तो बाद उन्हां दी दहशत दा दूजा नाम पंजाब सिंह होगा। ਨਾਲੇ ਜਿਹੜਾ ਬੰਦਾ ਆਪਣੀ ਮੌਤ ਖੁਦ ਹੀ ਮੰਗ ਰਿਹਾ ਉਹ ਸਾਡੇ ਕਿਸੇ ਕੰਮ ਦਾ ਨਹੀਂ। ਜਿਹੜਾ ਮੁੰਡਾ 15 ਮਿੰਟਾਂ ਵਿੱਚ 25 ਖਤਰਨਾਕ ਦਰਿੰਦਿਆਂ ਨੂੰ ਮਾਰ ਸਕਦਾ ਹੈ, ਉਹ ਇਸ ਸ਼ਹਿਰ 'ਚ ਮੇਰਾ ਖੋਇਆ ਹੋਇਆ ਰੁਤਬਾ ਤੇ ਟੁੱਕ ਵਾਪਸ ਲਿਆ ਸਕਦਾ ਹੈ। ਮੈਨੂੰ ਇਹ ਮੁੰਡਾ ਕਿਸੇ ਵੀ ਕੀਮਤ 'ਤੇ ਚਾਹੀਦਾ ਹੈ। ਉਹ ਬੰਦਾ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਤੇ ਅਸੀਂ ਹੱਥ ਤੇ ਹੱਥ ਰੱਖ ਕੇ ਬੈਠੇ ਦੇਖਦੇ ਰਹੀਏ। ਕੁੱਤੇ ਦੀ ਪੂਛ ਤੇ ਪੈਰ ਭਾਵੇਂ ਗਲਤੀ ਨਾ ਰੱਖੋ ਜਾਂ ਜਾਣ ਬੁੱਝ ਕੇ ਉਹਨੇ ਲੱਤ ਨੂੰ ਚੱਕ ਭਰਨਾ ਹੀ ਆ। ਮੇਰਾ ਸੁਭਾਅ ਵੀ ਨਾ ਥੋੜਾ ਕੁੱਤੇ ਵਾਲਾ, ਪਰ ਮੈਂ ਲੱਤ ਤੇ ਨਹੀਂ ਸਿੱਧਾ ਤਾਣ ਤੇ ਚੱਕ ਭਰਦਾ। ਕੋਈ SSP ਅਰਜਨ ਸਿੰਘ ਉਹਦਾ ਤਬਾਦਲਾ ਕੀਤਾ ਅੰਮ੍ਰਿਤਸਰ 'ਚ ਆਪਾਂ ਨੂੰ ਮਾਰਨ ਵਾਸਤੇ। ਤੇਰੇ ਕੌਣ ਦੀ ਤਾਣ ਮਰੋੜ ਕੇ ਐਸੀ ਜਗ੍ਹਾ ਤੇ ਆਉਂ ਨਾ ਬੋਲਣ ਚੁੱਕਾ ਰਹਿਣਾ ਨਾ ਹੱਕਣ ਚੁੱਕਾ। ਸਤਿ ਸ੍ਰੀ ਅਕਾਲ ਜੀ, ਮੈਂ ਕਿਹਾ ਪਛਾਣਿਆ, ਬੜੀ ਕੁੱਤੀ ਜਨਾਨੀ ਹੂੰ ਮੈਂ, ਵੱਡੀ ਚੰਡਾ ਤੇ ਸਿਰੇ ਦੀ ਚਵਲ, ਪਰ ਲੋਕੀ ਪਿਆਰ ਨਾਲ ਜੈ ਕੌਰ ਕਹਿੰਦੇ ਨੇ। ਅਨਪੜਿਆ ਫੁੱਦੂ ਨੇ, ਰੇਡੀਓ ਤੇ ਆਪਣੇ ਪੰਜਾਬ ਪੁੱਤ ਦੀ ਖਬਰ ਚੱਲ ਰਹੀ ਸੀ, ਪੂਰੇ ਸ਼ਹਿਰ 'ਚ ਮੇਰੇ ਪੁੱਤ ਦੀ ਵਾਹ ਵਾਹ ਹੋਈ ਪਈ ਹੈ। ਉਹ ਨੇਤਾ ਬਣ ਗਿਆ, ਉਹ ਗੁੰਡਾ ਹੈ, ਗੁੰਡਾ ਇੱਕ ਨੰਬਰ ਦਾ। ਅੱਜ ਜਿਸ ਕੁਰਸੀ ਤੇ ਤੂੰ ਬੌਂਡ ਰੱਖੀ ਬੈਠਾ ਨਾ, ਇਹ ਮੇਰੀ ਹੈ, ਮੇਰੀ ਮੇਰੀ। ਮੈਨੂੰ ਤਾਂ ਹੋਰ ਸ਼ੱਕ ਆ, ਕਿਤੇ ਸਾਲਾ ਜਿਉਂਦਾ ਹੀ ਨਾ ਹੋਵੇ। ਜੇ ਉਹ ਰਾਮ ਤਾਂ ਜੀਂਦਾ ਤਾਂ ਕਿਹੜੀ ਖੁੱਡ 'ਚ ਵੜ ਕੇ ਬੈਠਾ। ਮੈਂ ਫਕੀਰ ਤੇਰੇ ਪਿਆਰ ਦੀ। ਇੱਕ ਹੀ ਤਾਂ ਮਰਦ ਹੈ ਪੂਰੇ ਸ਼ਹਿਰ 'ਚ, ਪੰਜਾਬ ਸਿੰਘ।